बलदेव सिंह दा नावल 21वीं सदी दा 15वें अंग दा बाकी दा भाग। जिवें जिवें दिन लंघते गए पापा ते झाई सहज होण लगे। एक दिन पापे ने आख्या, पुत्तर बनारसी शहर जा, किसी शाहूकार नूं आख, उधर असी कपड़ा बेचते हुंदे सी, जो दो चार दिनों के उधार नाल कपड़ा देना मनदा है तो मैं फिर डग्गी लैके जावांगा। मैं समझ गया पापा अपनी गल करन दे बहाने मैनू आखण डए ने। मैं कहा, पापा जी तुसां दी कोई उम्र हैगी? मैं जावांगा डग्गी लैके। मैं गल मुकावां, शाहूकार मिल गया, कपड़े दा वपारी, झाई दीआं टूमां जामनी रख के उन्हें कपड़ा देना मान लिया ते मैं फिर इधरले पिंडां च डग्गी दा फेरा लाउण लगा। उस वपारी ने मेरे उत्ते भरोसा कर लिया। उन्हें अपने पास वाधू पिया एक पुराना साइकल मैनू दे दिता, एक रुपया रोज़ किराए ते। साइकल ते मैं तीन चार पिंडां च फेरे लाउण लगा ते साडे चुल्हे च दोवें वेले अग बलण लग पई। पापा बड़ा कल पिया, मैं वेला की करना वा, पर मैं कदी उन्हूं डग्गी लैके नहीं जाण दिता। साल कु पिछों मैं अपने घर च टोटियां दी दुकान खोल ली, कम चल पिया, पापा घर टोटे वेचदा ते मैं डग्गी लैके निकल जांदा। फिर असी थान भी रखण लगे, घर चों दी कमाई वेख के झाई हौसले च हो गई, पर अपनी धी दा हेरवा ना भुली। साल डेढ़ साल होर लंघिया, असी दुकान च वाधा कर लिया, कपड़े दे नाल नाल पिंडां च हर रोज़ ही दी वरतों दा समान रख लिया, खंड, चाह, गुड़, साबण, सोडा, लूण, मिर्चा, मसाले। पापे दी बोलबाणी बड़ी मिठी सी, गाहक लग गए। दुकाना तो पिंड च होर भी सन, असी बड़े औखे दिन वेखे सन। पापा थोड़ी जी बचत नाल ही सौदा दे दिंदा सी। एक दिन साढ़े पिंड एक ओपरा बंदा डग्गी लैके आया, असी उन्हूं चाह पानी पुछया वंड वेले, वह भी लेंदे पंजाब चो आया सी। बड़ी देर तक पापा तो अपने नाल होईयां बीतियां गल्लां करदे रहे, अथरू वगाउंदे रहे, ਹੌਕੇ ਭਰਦੇ ਰਹੇ। ਪਾਪਾ ਮੇਰੀਆਂ ਸਿਫਤਾਂ ਕਰਨ ਲੱਗਾ, ਜੇ ਬਨਾਰਸੀ ਪੁੱਤਰ ਨਾ ਹੁੰਦਾ ਸਾਨੂੰ ਤਾਂ ਰਾਹ 'ਚ ਹੀ ਘੋ ਘਤਣਾ ਸੀ, ਬਨਾਰਸੀ ਤਾਂ ਮੈਨੂੰ ਆਪਣੀ ਪਿੱਠ 'ਤੇ ਲੱਦ ਕੇ ਲੈ ਆਇਆ ਇੱਧਰ। ਫਿਰ ਉਹ ਕਾਫੀ ਦੇਰ ਹੌਲੀ ਹੌਲੀ ਗੱਲਾਂ ਕਰਦੇ ਰਹੇ। ਰਾਤ ਵੇਲੇ ਪਾਪੇ ਨੇ ਝਾਈ ਨਾਲ ਕੋਈ ਗੱਲ ਕੀਤੀ, ਝਾਈ ਦਾ ਚਿਹਰਾ ਖਿੜ ਗਿਆ। ਮੈਂ ਗੱਲ ਮੁਕਾਵਾਂ, ਉਹ ਡੱਗੀ ਵਾਲਾ ਆਪਣੀ ਲੜਕੀ ਦੀ ਸ਼ਾਦੀ ਮੇਰੇ ਨਾਲ ਕਰਨ ਲਈ ਰਾਜ਼ੀ ਸੀ। ਪਾਪੇ ਦੇ ਕੁਝ ਬੋਲ ਉੱਚੇ ਸੁਣੇ, ਉਹ ਆਖਦਾ, ਧੀ ਨੂੰ ਬੂਹਿਓਂ ਉਠਾਉਣ ਤੋਂ ਸਿਵਾ ਹੋਰ ਕੁਝ ਨਹੀਂ ਦੇ ਸਕਦਾ। ਅਤੇ ਝਾਈ ਦਾ ਦਿਲ ਤਾਂ ਪਹਿਲਾਂ ਹੀ ਥੋੜ੍ਹਾ ਸੀ, ਆਪਣੀ ਧੀ ਨੂੰ ਯਾਦ ਕਰਕੇ ਰੋਣ ਡੈ ਪਈ। ਪਾਪੇ ਨੂੰ ਆਂਦੀ, ਬਨਾਰਸੀ ਦੇ ਪਾਪੇ ਤੂੰ ਹਾਂ ਆਖ ਦੇਣੀ ਸੀ, ਇਹ ਵੀ ਤਾਂ ਪੁੰਨ ਦਾ ਕੰਮ ਹੀ। ਅਤੇ ਫਿਰ ਉਹ ਡੱਗੀ ਵਾਲਾ ਇਸ ਵਾਰ ਛੇਤੀ ਆਇਆ। ਮੇਰੇ ਪਾਪੇ ਨੇ ਮੈਨੂੰ ਬੁਲਾ ਕੇ ਆਖਿਆ, ਪੁੱਤਰ ਝੋਲੀ ਕਰ। ਮੈਂ ਆਗਿਆ ਮੰਨ ਲਈ ਅਤੇ ਡੱਗੀ ਵਾਲੇ ਨੇ ਮੇਰੀ ਝੋਲੀ 'ਚ ਚਾਂਦੀ ਦਾ ਰੁਪਈਆ ਰੱਖ ਕੇ ਇੱਕ ਛੁਹਾਰਾ ਖੁਆ ਕੇ ਮੈਨੂੰ ਪਿਆਰ ਦਿੱਤਾ। ਮੇਰੀ ਮੰਗਣੀ ਹੋ ਗਈ। ਦੋ ਕੁ ਮਹੀਨਿਆਂ ਪਿੱਛੋਂ ਵਿਆਹ ਹੋ ਗਿਆ ਅਤੇ ਹੁਣ ਇੱਧਰਲੇ ਪੰਜਾਬ 'ਚ ਰਿਸ਼ਤਿਆਂ ਦੀ ਦੁਨੀਆ 'ਚ ਸਾਡਾ ਵੀ ਸੀਰ ਪੈ ਗਿਆ। ਵਿਆਹ 'ਚ ਸੱਦੇ ਕੇ ਨੂੰ ਨਾ ਕੋਈ ਨਾਨਕੇ ਨਾ ਦਾਦਕੇ, ਪਿੰਡ ਵਾਲੇ ਗੱਲਾਂ ਕਰਨ ਨਹੀਂ ਹੈ। ਪਾਕਿਸਤਾਨੀ ਬੜੇ ਗੁੱਝੇ ਹੈ, ਭੇਦ ਨਹੀਂ ਕੱਢਿਆ, ਮੁੰਡਾ ਵਿਆਹ ਲਿਆਏ। ਭਰਾਓ ਸੱਚੀ ਗੱਲ ਆਖਣਾ, ਮੇਰੀ ਪਤਨੀ ਭਾਗਵੰਤੀ ਸੀ ਨਾਮ ਉਹਦਾ, ਉਹ ਸੀ ਵੀ ਭਾਗਾਂ ਵਾਲੇ, ਬੜੀ ਸਮਝਦਾਰ ਸੀ। ਉਹਦੇ ਆਉਣ ਤੋਂ ਬਾਅਦ ਸਾਡਾ ਕਾਰੋਬਾਰ ਵਧਣ ਲੱਗਾ। ਮੈਂ ਗੱਲ ਮੁਕਾਵਾਂ, ਜਦ ਇੰਦਰਾ ਗਾਂਧੀ ਨੇ ਦੇਸ਼ 'ਚ ਐਮਰਜੈਂਸੀ ਲਾਈ ਉਦੋਂ ਤੱਕ ਮੇਰੇ ਤਿੰਨ ਬੱਚੇ ਸੀ, ਦੋ ਲੜਕੇ ਇੱਕ ਲੜਕੀ। ਬੜਾ ਲੜਕਾ ਬੀ ਏ 'ਚ ਪੜ੍ਹਦਾ ਸੀ, ਉਹ ਤੋਂ ਛੋਟੀ ਕੁੜੀ 10ਵੀਂ ਕਰਕੇ 11ਵੀਂ 'ਚ ਸੀ ਅਤੇ ਛੋਟਾ ਲੜਕਾ 9ਵੀਂ 'ਚ। ਪਿੰਡਾਂ ਦੇ ਹਾਲਾਤ ਕੁਝ ਕੁਝ ਵਿਗੜਨੇ ਸ਼ੁਰੂ ਹੋ ਗਏ। ਪਿੰਡ ਦੇ ਸਿੱਖ ਨੌਜਵਾਨ ਮੁੰਡੇ ਦਾੜੀਆਂ ਰੱਖ ਕੇ ਕੇਸਰੀ ਪੱਗਾਂ ਬੰਨਣ ਲੱਗੇ। ਅਸੀਂ ਕੇਸਰੀ ਪੱਗਾਂ ਦੇ ਥਾਨਾਂ ਦੇ ਥਾਨ ਵਿੱਚ, ਕਦੀ ਕਦੀ ਕੋਈ ਚੱਕਵਾਂ ਜਿਹਾ ਮੁੰਡਾ ਤਿੱਖੀ ਗੱਲ ਆਖ ਜਾਂਦਾ, ਲਾਲਾ ਕਮਾਈ ਮਹਿੰਗੀ ਪੈ ਜੂ। ਪਾਪਾ ਜੀ ਦੀ ਸਿਹਤ ਬਹੁਤ ਢਿੱਲੀ ਰਹਿੰਦੀ ਸੀ, ਉਹ ਘਰ ਹੀ ਮੰਜੇ 'ਤੇ ਪਏ ਰਹਿੰਦੇ, ਝਾਈ ਤੋਂ ਵੀ ਕੰਮ ਨਹੀਂ ਸੀ ਹੁੰਦਾ, ਨਿਗਾਹ ਬਹੁਤ ਘੱਟ ਗਈ ਸੀ। ਅਤੇ ਇੱਕ ਦਿਨ ਪਾਪੇ ਨੇ ਕਿਹਾ, ਬਨਾਰਸੀ ਲੱਗਦਾ ਹੈ ਸਮਾਂ ਫਿਰ ਖਰਾਬ ਆਉਣ ਵਾਲਾ ਹੈ, ਤੂੰ ਆਪਣਾ ਕਾਰੋਬਾਰ ਸ਼ਹਿਰ ਲੈ ਜਾ, ਦੋ ਵਾਰ ਨਹੀਂ ਉੱਜੜਿਆ ਜਾਣਾ। ਸੱਚੀ ਗੱਲ ਆਖਾਂ, ਡਰਿਆ ਹੋਇਆ ਮੈਂ ਵੀ ਸਾਂ। ਹਾਸੇ ਹਾਸੇ 'ਚ ਮੁੰਡੇ ਧਮਕੀਆਂ ਦੇ ਜਾਂਦੇ ਅਤੇ ਮੇਰੀ ਲੜਕੀ ਹੁਣ ਮੇਰੀ ਭੈਣ ਦੀ ਉਮਰ ਦੀ ਸੀ। ਮੈਂ ਸ਼ਹਿਰ 'ਚ ਇੱਕ ਖਾਲੀ ਮਕਾਨ ਵੇਖ ਆਇਆ ਅਤੇ ਇੱਕ ਦੁਕਾਨ ਵੀ ਕਿਰਾਏ 'ਤੇ ਲੈ ਲਈ। ਪਿੰਡ ਵਾਲਿਆਂ ਨੂੰ ਉਦੋਂ ਹੀ ਪਤਾ ਲੱਗਾ ਜਦ ਦੁਕਾਨ 'ਤੇ ਘਰ ਦਾ ਪੂਰਾ ਸਮਾਨ ਲੱਦ ਕੇ ਅਸੀਂ ਸ਼ਹਿਰ ਆ ਗਏ। ਭਾਵੇਂ ਸ਼ਹਿਰ 'ਚ ਪਿੰਡ ਨਾਲੋਂ ਸਹੂਲਤਾਂ ਕਾਫੀ ਸੀ, ਭਾਈ ਝਾਈ ਪਾਪਾ ਜ਼ਰਾ ਵੀ ਢਿੱਲੇ ਹੁੰਦੇ, ਮੈਂ ਝੱਟ ਡਾਕਟਰ ਕੋਲ ਲੈ ਜਾਣਾ, ਪਰ ਉਮਰ ਵਧਦੀ ਦੇ ਨਾਲ ਨਾਲ ਕਮਜ਼ੋਰੀ ਵੀ ਵੱਧ ਰਹੀ ਸੀ। ਝਾਈ ਨੇ ਤਾਂ ਖਾਣਾ ਪੀਣਾ ਹੀ ਛੱਡ ਰੱਖਿਆ ਸੀ, ਭੁੱਖ ਨਹੀਂ ਸੀ ਲੱਗਦੀ। ਸਭ ਤੋਂ ਪਹਿਲਾਂ ਝਾਈ ਨੇ ਸਾਡਾ ਸਾਥ ਛੱਡਿਆ, ਫਿਰ ਪਾਪਾ ਜੀ ਵੀ 3 ਕੁ ਮਹੀਨਿਆਂ ਬਾਅਦ ਤੁਰ ਗਏ। ਪਾਪਾ ਜੀ ਅਤੇ ਝਾਈ ਪਿਛਲੇ ਲੰਮੇ ਸਮੇਂ ਤੋਂ ਘਰ ਦਾ ਕੋਈ ਵੀ ਕੰਮ ਕਰਨ ਜੋਗੇ ਨਹੀਂ ਸੀ, ਪਰ ਉਹਨਾਂ ਦੇ ਬੈਠਿਆਂ ਘਰ ਭਰਿਆ ਭਰਿਆ ਲੱਗਦਾ ਸੀ। ਮੈਂ ਗੱਲ ਮੁਕਾਵਾਂ, ਸਮਾਂ ਪੈ ਕੇ ਮੈਂ ਸੰਭਲ ਗਿਆ, ਵੱਡੇ ਲੜਕੇ ਨੂੰ PWD ਮਹਿਕਮੇ 'ਚ ਨੌਕਰੀ ਮਿਲ ਗਈ। ਮੈਂ ਬਾਜ਼ਾਰ 'ਚ ਕੱਪੜੇ ਦਾ ਸ਼ੋਰੂਮ ਖੋਲ੍ਹ ਲਿਆ, ਕੱਪੜੇ ਦੇ ਉਸੇ ਵਪਾਰੀ ਤੋਂ ਸ਼ੋਰੂਮ ਦਾ ਉਦਘਾਟਨ ਕਰਾਇਆ, ਜਿਹਦੇ ਪੁਰਾਣੇ ਸਾਈਕਲ ਦਾ ਮੈਂ 1 ਰੁਪਈਆ ਕਿਰਾਇਆ ਦਿੰਦਾ ਹੁੰਦਾ ਸੀ ਅਤੇ ਕੱਪੜਾ ਉਧਾਰ ਲੈਂਦਾ ਸੀ।
ਪਲਾਟ ਖਰੀਦ ਕੇ ਮੈਂ ਆਪਣੀ ਕੋਠੀ ਪਾ ਲਈ। ਨੌਕਰੀ ਲੱਗਦਿਆਂ ਵੱਡੇ ਲੜਕੇ ਨੂੰ ਰਿਸ਼ਤਾ ਕਰਨ ਲਈ ਆਉਣ ਲੱਗ ਪਏ। ਉਹਦੇ ਮਹਿਕਮੇ 'ਚ ਇੱਕ ਐਸਟੀਓ ਨੇ ਆਪਣੀ ਲੜਕੀ ਦਾ ਰਿਸ਼ਤਾ ਕਰ ਦਿੱਤਾ। ਧੂਮ ਧੜੱਕੇ ਨਾਲ ਵਿਆਹ ਹੋਇਆ ਅਤੇ ਮੈਂ ਆਪਣੇ ਵਿਆਹ ਦੀ ਸਾਰੀ ਕਸਰ ਲੜਕੇ ਦਾ ਵਿਆਹ ਕਰਕੇ ਪੂਰੀ ਕੀਤੀ। ਭਾਗਵੰਤੀ ਦੇ ਪੈਰ ਜ਼ਮੀਨ 'ਤੇ ਨਹੀਂ ਸੀ ਲੱਗਦੇ। ਮੈਂ ਗੱਲ ਮੁਕਾਵਾਂ ਕਦੇ ਕਦੇ ਡਰ ਲੱਗਦਾ, ਇੰਨੀਆਂ ਖੁਸ਼ੀਆਂ ਬਰਦਾਸ਼ਤ ਨਾ ਹੁੰਦੀਆਂ। ਮੈਨੂੰ ਸੈਦੋ ਕੇ ਪਿੰਡ ਯਾਦ ਆਉਂਦਾ, ਜਦੋਂ ਸਿਰਾਂ 'ਤੇ ਗੱਠੜੀਆਂ ਟਰੰਕ ਲੈ ਕੇ ਨਿਕਲੇ ਸਾਂ ਅਤੇ ਰਸਤੇ 'ਚੋਂ ਵੀ ਖੁਆ ਆਏ ਸਾਂ। ਅਤੇ ਹੁਣ ਸ਼ਹਿਰ ਦੇ ਵੱਡੇ ਕੱਪੜੇ ਦੇ ਦੁਕਾਨਦਾਰਾਂ 'ਚ ਬਨਾਰਸੀ ਦਾਸ ਦਾ ਵੀ ਨਾਮ ਹੈਗਾ ਸੀ। ਪਾਪਾ ਜੀ ਅਤੇ ਝਾਈ ਜੀ ਇਹ ਸਭ ਵੇਖਣ ਲਈ ਹੁਣ ਨਹੀਂ ਸਨ। ਮੈਂ ਸੋਚਦਾ ਰਹਿੰਦਾ ਜੇ ਉਹ ਅੱਜ ਜਿਉਂਦੇ ਹੁੰਦੇ। ਉਹਨੇ ਰੁੱਕ ਕੇ ਸਾਹ ਲਿਆ, ਪਾਣੀ ਤਾਂ ਪਿਲਾਓ ਕੋਈ ਭਰਾ। ਭਜਨ ਸਿੰਘ ਉੱਠਿਆ, ਪਾਣੀ ਦਾ ਜੱਗ ਅਤੇ ਗਲਾਸ ਲੈ ਆਇਆ। ਬਨਾਰਸੀ ਦਾਸ ਨੂੰ ਪਾਣੀ ਪਿਆ ਕੇ ਉਹਨੇ ਸਾਨੂੰ ਵੀ ਪੁੱਛਿਆ। ਮੇਰੀ ਪਤਨੀ ਨੇ ਅੱਧਾ ਕੁ ਗਲਾਸ ਪਾਣੀ ਪੀਤਾ। ਬਨਾਰਸੀ ਦਾਸ ਅੱਖਾਂ ਬੰਦ ਕਰੀ ਬੈਠਾ ਰਿਹਾ। ਉਹਨੂੰ ਸਾਵਧਾਨ ਕਰਨ ਲਈ ਕੇਰ ਸਿੰਘ ਫੌਜੀ ਨੇ ਖੰਗੂਰਾ ਮਾਰਿਆ। ਸੱਚ ਹੀ ਬਨਾਰਸੀ ਨੇ ਅੱਖਾਂ ਖੋਲ੍ਹੀਆਂ, ਦੋਵੇਂ ਹੱਥਾਂ ਨਾਲ ਮੂੰਹ ਨੂੰ ਰਗੜਿਆ, ਸਿਰ ਦੇ ਗੰਜ ਨੂੰ ਪਲੋਸਿਆ। ਫਿਰ ਢਿੱਲੀ ਜਿਹੀ ਆਵਾਜ਼ 'ਚ ਕਹਿ, ਭਰਾਓ ਅੱਗੇ ਦੀ ਵਾਰਤਾ ਦੱਸਣੀ ਬੜੀ ਔਖੀ ਲੱਗਦੀ ਹੈ। ਪੰਜਾਬ 'ਚ ਮਾਰੋ ਮਾਰ ਹੋਣ ਲੱਗ ਪਈ। ਕਦੇ ਬੱਸਾਂ 'ਚੋਂ ਕੱਢ ਕੇ ਹਿੰਦੂਆਂ ਨੂੰ ਮਾਰਨ ਦੀ ਖਬਰ ਸੁਣਨੀ, ਕਦੇ ਕਿਸੇ ਪਿੰਡ 'ਚ ਹਿੰਦੂਆਂ ਦਾ ਟੱਬਰ ਹੀ ਖਤਮ ਕਰਨ ਦੀਆਂ ਗੱਲਾਂ ਸੁਣਨੀਆਂ। ਭਾਗਵੰਤੀ ਨੇ ਸਵੇਰੇ ਸ਼ਾਮ ਦੇਵੀ ਦੇਵਤਿਆਂ ਅੱਗੇ ਹੱਥ ਜੋੜਨੇ, ਪੂਜਾ ਕਰਨੀ। ਤੁਸਾਂ ਦੀ ਮਿਹਰ ਹੋਈ ਸੂ, ਅਸੀਂ ਭਲੇ ਵੇਲੇ ਪਿੰਡ 'ਚੋਂ ਸ਼ਹਿਰ ਆ ਗਏ ਹਾਂ। ਤੁਸਾਂ ਆਪਣੀ ਨਜ਼ਰ ਸਵੱਲੀ ਰੱਖਣੀ, ਸਾਡੇ ਜਿਉਂਦੇ ਜੀ ਬੱਚਿਆਂ ਨੂੰ ਤੱਤੀ ਵਾਰ ਨਾ ਲੱਗਣ ਦੇਣਾ। ਇਕੱਲੀ ਭਾਗਵੰਤੀ ਕੀ, ਉਹ ਵੇਲਾ ਹੀ ਇੱਦਾਂ ਦਾ ਸੀ, ਹਰ ਕੋਈ ਡਰਿਆ ਹੋਇਆ ਸੀ। ਅਤੇ ਅਸੀਂ ਲੜਕੀ ਦੀ ਸ਼ਾਦੀ ਕਰਤੀ, ਬੜਾ ਚੰਗਾ ਘਰ ਮਿਲਿਆ। ਲੜਕਾ ਦਿੱਲੀ ਇੱਕ ਕੰਪਨੀ 'ਚ ਕੰਮ ਕਰਦਾ ਸੀ, ਲੜਕੀ ਵੀ ਦਿੱਲੀ ਚਲੀ ਗਈ ਅਤੇ ਛੋਟੇ ਪੁੱਤਰ ਨੂੰ ਵੀ ਵਿਆਹ ਲਿਆ। ਉਹ ਮੇਰੇ ਨਾਲ ਹੀ ਸ਼ੋਅਰੂਮ 'ਚ ਬੈਠਦਾ ਸੀ, ਹਿਸਾਬ ਕਿਤਾਬ ਵੇਖਦਾ ਸੀ, ਬੈਂਕਾਂ ਨਾਲ ਕੱਪੜੇ ਦੀਆਂ ਕੰਪਨੀਆਂ ਨਾਲ ਉਹੀ ਲੈਣ ਦੇਣ ਕਰਦਾ ਸੀ। ਇੱਕ CA ਕੋਲ 4 ਕੁ ਮਹੀਨੇ ਕੰਮ ਕਰਕੇ ਉਹਨੂੰ ਹਿਸਾਬ ਕਿਤਾਬ ਰੱਖਣ ਦੀ ਪੂਰੀ ਸਮਝ ਆ ਗਈ ਸੀ। ਅਤੇ ਵੱਡਾ ਲੜਕਾ ਤਾਂ ਕਦੇ ਦੀਵਾਲੀ ਦੁਸਹਿਰੇ ਨੂੰ ਹੀ ਆਉਂਦਾ, ਉਹਦੇ ਬੱਚੇ ਕੀ ਬੋਲਦੇ ਸਾਨੂੰ ਸਮਝ ਨਾ ਆਉਂਦੀ। ਉਹਨਾਂ ਨੂੰ ਅਸਾਂ ਕੋਲ ਇੱਕ ਰਾਤ ਕੱਟਣੀ ਵੀ ਔਖੀ ਲੱਗਦੀ, ਲੋਡੇ ਵੇਲੇ ਜਾਂ ਅਗਲੇ ਦਿਨ ਸਵੇਰੇ ਜਾਣ ਲਈ ਤਿਆਰ ਹੋ ਜਾਂਦੇ। ਉਹ ਦੋਵੇਂ ਜੀ ਨੌਕਰੀ ਕਰਦੇ ਸੀ। ਭਾਗਵੰਤੀ ਪੂਰੇ 6 ਸਾਲ ਵੱਡੇ ਲੜਕੇ ਦੇ ਬੱਚਿਆਂ ਨੂੰ ਪਾਲਦੀ ਰਹੀ। ਸੋਮਵਾਰ ਜਾਂਦੀ, ਸ਼ਨਿਚਰਵਾਰ ਮੁੜਦੀ। ਉਹਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਹੁਣ ਉਹਦੇ ਗੋਡੇ ਦੁਖਣ ਲੱਗ ਪਏ ਸੀ ਅਤੇ ਬੁਢਾਪੇ ਦੀਆਂ ਬਿਮਾਰੀਆਂ ਵੀ ਆਪਣਾ ਰੰਗ ਵਿਖਾਉਣ ਲੱਗੀਆਂ ਸੀ। ਅਤੇ ਮੈਂ ਕਹਿਣਾ, ਭਾਗੋ ਹੁਣ ਬੱਸ ਕਰ, ਇੱਥੋਂ ਬੱਸਾਂ 'ਚ ਰੁਲਿਆ ਨਹੀਂ ਜਾਂਦਾ। ਉਸ ਆਖਣਾ, ਬੱਚੇ ਅਜੇ ਛੋਟੇ ਨੇ, ਬਗਾਨਿਆਂ ਨੂੰ ਥੋੜ੍ਹਾ ਦਰਦ ਹੁੰਦਾ, ਭੁੱਖੇ ਨੇ ਕਿ ਬਿਮਾਰ ਨੇ, ਥੋੜ੍ਹੇ ਹੋਰ ਵੱਡੇ ਹੋ ਲੈਣਦੇ, ਆਪੇ ਛੱਡ ਦਿਆਂਗੇ ਜਾਣਾ। ਇੱਕ ਵਾਰ ਉਹ ਬੱਸ 'ਤੇ ਚੜ੍ਹਨ ਲੱਗੀ, ਡਿੱਗ ਪਈ, ਗੋਡੇ 'ਤੇ ਸੱਟ ਲੱਗੀ, ਫਿਰ ਵੀ ਉਹਨੇ ਜਾਣਾ ਨਹੀਂ ਛੱਡਿਆ। ਉਹਨੇ ਬੱਚਿਆਂ ਨੂੰ ਹੀ ਹੁਣ ਆਸ ਪਾਸ ਇੱਕ ਦਿਨ ਕੱਟਣਾ ਵੀ ਔਖਾ ਲੱਗਦਾ। ਬੱਚੇ ਇੰਨੀ ਛੇਤੀ ਕਿਵੇਂ ਨਿਰਮੋਹੀ ਹੋ ਜਾਂਦੇ ਨੇ ਮੈਨੂੰ ਸਮਝ ਨਹੀਂ ਆਉਂਦੀ। ਮੇਰੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ, ਦੁਕਾਨ ਤੱਕ ਜਾਣ 'ਤੇ ਹੀ ਸਾਹ ਫੁੱਲ ਜਾਣਾ। ਫਿਰ ਅਚਾਨਕ ਭਾਗਵੰਤੀ ਬਿਮਾਰ ਹੋ ਗਈ। ਵੱਡਾ ਲੜਕਾ ਤਾਂ ਪਤਾ ਲੱਗੇ ਤੋਂ ਵੀ ਖਬਰ ਲੈਣ ਨਾ ਆਇਆ। ਬਹਾਨੇ ਬੜੇ ਸੀ, ਨੌਕਰੀ ਦੀਆਂ ਜ਼ਿੰਮੇਵਾਰੀਆਂ ਨੇ, ਛੁੱਟੀ ਨਹੀਂ ਮਿਲੀ, ਛੋਟੇ ਨੂੰ ਦੁਕਾਨ ਤੋਂ ਵਿਹਲ ਨਹੀਂ ਸੀ, ਅਤੇ ਬੱਚੇ ਸਕੂਲੋਂ ਆਉਂਦੇ ਮੋਬਾਈਲ ਜਾਂ ਕੰਪਿਊਟਰ ਲੈ ਕੇ ਬਹਿ ਜਾਂਦੇ। ਦਾਦੀ ਕੋਲ ਕੋਈ ਨਾ ਖੜਦਾ ਪੈਂਦਾ ਅਤੇ ਬੱਚਿਆਂ ਦੀ ਮੰਮੀ ਨੇ ਉਹਨਾਂ ਨੂੰ ਦਾਦੀ ਕੋਲ ਜਾਣੋਂ ਮਨ੍ਹਾ ਕਰਤਾ ਸੀ। ਕੀ ਪਤਾ ਮੰਮੀ ਨੂੰ ਕੀ ਬਿਮਾਰੀ ਹੈਗੀ, ਬੱਚਿਆਂ ਨੂੰ ਉਹੀ ਕਹਿੰਦੇ ਨੇ ਇਨਫੈਕਸ਼ਨ ਹੋ ਸਕਦੀ ਹੈ। ਬਸ ਮੈਂ ਗੱਲ ਮੁਕਾਵਾਂ, ਭਾਗਵੰਤੀ ਦੇ ਸਿਰਾਣੇ ਬੈਠਣ ਜੋਗਾ ਅਤੇ ਉਹਦੀ ਖੈਰ ਸੁੱਖ ਪੁੱਛਣ ਵਾਲਾ ਮੈਂ ਹੀ ਰਹਿ ਗਿਆ। ਭਾਗੋ ਚੁੱਪ ਚਾਪ ਪਈ, ਕਦੇ ਛੱਤ ਵੱਲ ਵੇਖਦੀ ਰਹਿੰਦੀ, ਕਦੇ ਨਾਲ ਵਾਲੇ ਕਮਰੇ ਵਿੱਚ ਹੱਸਦੇ ਖਿੜਖਿੜ ਕਰਦੇ ਇੱਕ ਦੂਜੇ ਨੂੰ ਛੇੜਦੇ ਆਪਣੇ ਪੋਤੇ ਪੋਤੀ ਦੀਆਂ ਆਵਾਜ਼ਾਂ ਸੁਣਨ ਲੱਗਦੀ। ਹੌਕੇ ਲੈਂਦੀ, ਖੰਘਦੀ ਹੌਕੇ ਲੈਂਦੀ, ਆਪਣੇ ਨੂੰਹ ਅਤੇ ਪੋਤਿਆਂ ਨੂੰ ਵੇਖਣ ਲਈ ਤਰਸ ਗਈ। ਉਹਦੀ ਰੋਟੀ ਵੀ ਮੈਂ ਫੜਾਉਂਦਾ, ਮੁੰਡਾ ਵੀ ਜਿੰਨਾ ਹੋ ਸਕਦਾ ਦੂਰ ਹੀ ਰਹਿੰਦਾ। ਮੈਂ ਗੱਲ ਮੁਕਾਵਾਂ, ਭਾਗਵੰਤੀ 'ਚ ਜਿਉਣ ਦੀ ਇੱਛਾ ਹੀ ਮਰ ਗਈ ਅਤੇ ਇੱਕ ਦਿਨ ਉਹ ਮੇਰਾ ਸਾਥ ਛੱਡ ਗਈ। ਝਾਈ ਅਤੇ ਪਾਪੇ 'ਤੇ ਤੁਰ ਜਾਣ ਪਿੱਛੋਂ ਪਹਿਲੀ ਵਾਰ ਮੈਨੂੰ ਲੱਗਿਆ ਮੇਰਾ ਇਸ ਸੰਸਾਰ 'ਚ ਕੋਈ ਨਹੀਂ ਰਿਹਾ। ਬਨਾਰਸੀ ਦਾਸ ਦਾ ਫਿਰ ਗਲਾ ਭਰ ਆਇਆ, ਉਹ ਉਸ ਕੋਲ ਬੋਲਿਆ ਨਾ ਗਿਆ। ਬਨਾਰਸੀ ਦਾਸ ਵੱਲੋਂ ਪਾਣੀ ਮੰਗੇ ਤੋਂ ਬਿਨਾਂ ਹੀ ਪਰਸੀਨੀ ਨੇ ਕੋਲ ਪਏ ਜੱਗ 'ਚੋਂ ਪਾਣੀ ਦਾ ਗਲਾਸ ਭਰ ਕੇ ਉਹਦੇ ਨੇੜੇ ਕਰਦਿਆਂ ਕਿਹਾ, ਪਾਣੀ ਪੀ ਲੈ ਭਰਾ। ਬਨਾਰਸੀ ਦਾਸ ਸਿੱਲੀਆਂ ਅੱਖਾਂ ਨਾਲ ਪਰਸੀਨੀ ਵੱਲ ਝਾਕਿਆ, ਕੰਬਦੇ ਹੱਥ ਨਾਲ ਪਾਣੀ ਵਾਲਾ ਗਲਾਸ ਫੜ ਲਿਆ। ਪਾਣੀ ਪੀ ਕੇ ਗਲਾਸ ਹੇਠਾਂ ਰੱਖਦਿਆਂ ਬਨਾਰਸੀ ਬੋਲਿਆ, ਇੱਕ ਦਿਨ ਅਚਾਨਕ ਵੱਡਾ ਲੜਕਾ ਦਿੱਲੀ ਤੋਂ ਆ ਗਿਆ। ਪਹਿਲਾਂ ਆਉਣ ਬਾਰੇ ਫੋਨ ਕਰਦਾ ਹੁੰਦਾ ਸੀ, ਮੇਰੀ ਸਿਹਤ ਬਾਰੇ 2 ਕੁ ਗੱਲਾਂ ਪੁੱਛ ਕੇ ਉਹਨੇ ਕਿਹਾ, ਮੈਨੂੰ ਪੈਸੇ ਚਾਹੀਦੇ ਨੇ। ਕਿੰਨੇ ਕੁ ਚਾਹੀਦੇ ਨੇ ਪੁੱਤਰ, ਮੈਂ ਪੁੱਛਿਆ। 20 ਲੱਖ ਚਾਹੀਦਾ, ਮੁੰਡਾ ਬੋਲਿਆ। ਮੈਂ ਇੱਕ ਫਲੈਟ ਦਾ ਸੌਦਾ ਕੀਤਾ, ਬਾਕੀ ਮੇਰੇ ਕੋਲ ਹੈਗੇ ਨੇ, ਜੇ ਫਿਰ ਵੀ ਥੋੜ੍ਹਾ ਜਿਹਾ ਲੋਨ ਲੈ ਲਵਾਂਗਾ। ਮੇਰਾ ਉਤਲਾ ਸਾਹ ਉੱਪਰ, ਹੇਠਲਾ ਸਾਹ ਹੇਠਾਂ, ਇੰਨੇ ਪੈਸੇ? 20 ਲੱਖ ਕਿਵੇਂ ਆਰਾਮ ਨਾਲ ਆਖ ਦਿੱਤਾ, ਮੈਂ ਕਿਸੇ ਨੂੰ 20 ਰੁਪਈਏ ਦੇਣੇ,
ਹੁਣ 100 ਵਾਰੀ ਸੋਚਦਾ, ਬੜੀ ਮਿਹਨਤ ਨਾਲ ਇੰਨਾ ਕੁਝ ਬਣਾਇਆ। ਸ਼ੋਰੂਮ, ਕੋਠੀ, ਬੱਚਿਆਂ ਨੇ ਤਾਂ ਕਾਣੀ ਕੌਡੀ ਨਹੀਂ ਸੀ ਕੋਲੋਂ ਖਰਚੀ, ਬੱਚੇ ਪੜ੍ਹਾਏ ਵੀ। ਮੈਂ ਕਿਹਾ ਕਾਕਾ ਇੰਨੇ ਪੈਸੇ ਕਿੱਥੇ ਨੇ ਮੇਰੇ ਕੋਲ? ਆਉਂਦਾ ਇਹ ਜਿਹੜੇ ਪਲਾਟ ਲੈ ਰੱਖੇ ਨੇ, ਦੁਕਾਨ ਏ, ਕੋਠੀ ਏ, ਮੇਰੇ ਹਿੱਸੇ 20 ਲੱਖ ਵੀ ਨਹੀਂ ਆਉਂਦਾ, ਲੜਕਾ ਬੋਲਿਆ। ਮਨ 'ਚ ਤਾਂ ਆਉਂਦਾ ਸੀ ਕਹਾਂ, ਤੂੰ ਪਲਾਟ ਖਰੀਦਣ ਲਈ 1 ਰੁਪਈਆ ਵੀ ਖਰਚਿਆ, ਕੋਠੀ ਬਣਾਵਣ ਵੇਲੇ 1 ਇੱਟ ਵੀ ਖਰੀਦੀ, ਪਰ ਕੀ ਆਖਦਾ, ਕਿਹਨੂੰ ਆਖਦਾ? ਫਿਰ ਸੋਚਿਆ ਮੈਂ ਕਿੰਨਾ ਕੁ ਜੀਣਾ, ਦੋਵੇਂ ਭਰਾ ਦੁਸ਼ਮਣ ਬਣ ਜਾਣਗੇ। ਮੈਂ ਕਿਹਾ ਮਹੀਨੇ ਕੁ ਤੱਕ ਆ ਜਾਣਾ। ਉਹ ਧਮਕੀ ਦੇ ਗਿਆ, ਮਹੀਨੇ ਤੱਕ ਪ੍ਰਬੰਧ ਨਾ ਹੋਇਆ ਤਾਂ ਮੈਂ ਆਪਣੇ ਹਿੱਸੇ ਲਈ ਅਦਾਲਤ ਵਿੱਚ ਜਾਵਾਂਗਾ। ਮੇਰੀ ਰਾਤਾਂ ਦੀ ਨੀਂਦ ਉੱਡ ਗਈ। ਇਹ ਹੁੰਦੇ ਨੇ ਪੁੱਤਰਾਂ ਦੇ ਰਿਸ਼ਤੇ। ਛੋਟਾ ਵੀ ਬਦਲ ਗਿਆ, ਕਹਿੰਦਾ ਬਾਜ਼ਾਰ ਵਾਲਾ ਸ਼ੋਰੂਮ ਮੇਰੇ ਨਾਮ ਕਰਵਾ। ਉਹਨੂੰ ਪਤਾ ਲੱਗ ਗਿਆ ਸੀ ਵੱਡਾ ਆਪਣਾ ਹਿੱਸਾ ਮੰਗਣਾ ਹੈ। ਕਹਿੰਦਾ ਉਹ ਦੋਵੇਂ ਜੀ ਨੌਕਰੀ ਕਰਦੇ ਨੇ, ਚੜ੍ਹੇ ਮਹੀਨੇ ਤਨਖਾਹ ਚੁੱਕ ਲੈਂਦੇ ਨੇ, ਫਿਰ ਵੀ ਸਬਰ ਨਹੀਂ ਆਉਂਦਾ। ਮੇਰੀ ਵੀ ਕਬੀਲਦਾਰੀ ਹੈ, ਮੈਂ ਗੱਲ ਮੁਕਾਵਾਂ। ਘਰ 'ਚ ਕਲੇਸ਼ ਰਹਿਣ ਲੱਗਾ। ਮੈਂ ਸੋਚਿਆ ਜਦ ਸੈਦੇਕੇ ਤੋਂ ਤੁਰੇ ਸੀ ਤਾਂ ਕੀ ਸੀ ਅਸੀਂ? ਜਾਨ ਛੱਡ, ਤੇਰੇ ਲਈ ਅਜੇ ਵੀ 47 ਦੀ ਵੰਡ ਖੜ੍ਹੀ ਹੈ ਉੱਥੇ ਹੀ। ਸ਼ੋਰੂਮ ਮੈਂ ਛੋਟੇ ਦੇ ਨਾਂ ਕਰਾਤਾ, ਪ੍ਰੋਪਰਟੀ ਡੀਲਰ ਬੁਲਾ ਕੇ ਪਲਾਟ ਵੇਚ ਦਿੱਤੇ, ਉਸ ਪਾਸੋਂ ਕੋਠੀ ਦਾ ਮੁੱਲ ਵੀ ਪਵਾ ਲਿਆ। ਵੱਡੇ ਨੂੰ ਦਿੱਲੀ ਫੋਨ ਕਰਤਾ ਵੀ ਆ ਕੇ ਪੈਸੇ ਲੈ ਜਾ। ਹੁਣ ਮੇਰੇ ਨਾਮ ਕੁਛ ਵੀ ਨਹੀਂ ਸੀ, ਨਾ ਘਰ, ਨਾ ਕੋਈ ਪਲਾਟ, ਨਾ ਸ਼ੋਰੂਮ। ਬਨਾਰਸੀ ਦਾਸ ਨੇ ਫਿਰ ਹੌਕੇ ਵਰਗਾ ਲੰਮਾ ਸਾਹ ਲਿਆ। ਮੈਨੂੰ ਸ਼ੂਗਰ ਹੋ ਗਈ, BP ਵਧਣ ਲੱਗਾ। ਡਾਕਟਰਾਂ ਨੇ ਹਦਾਇਤ ਕੀਤੀ, ਚਿੰਤਾ ਨਹੀਂ ਕਰਨੀ, ਖੁਸ਼ ਰਹਿਣ ਦਾ ਯਤਨ ਕਰੋ। ਇਹੋ ਜਿਹੇ ਹਾਲਤਾਂ 'ਚ ਬੰਦਾ ਖੁਸ਼ ਕਿਵੇਂ ਰਹੇ? ਦਵਾਈ ਲਈ ਛੋਟੇ ਮੁੰਡੇ ਤੋਂ ਪੈਸੇ ਮੰਗਣੇ ਪੈਂਦੇ, ਉਹ ਅੱਖਾਂ ਵਿਖਾਉਣ ਲੱਗ ਪਿਆ। ਨੂੰਹ ਦਾ ਵਤੀਰਾ ਬਦਲ ਗਿਆ, ਰੋਟੀ ਉਹ ਇਉਂ ਦੇਣ ਲੱਗੀ ਜਿਵੇਂ ਮੰਗਤੇ ਨੂੰ ਝਿੜਕੇ ਦੇਈ ਦੀ ਹੈ, ਖੈਰ ਵੀ ਪਾ ਦਿੰਦੇ ਹਾਂ। ਸਮਝਦਾ ਮੈਂ ਸਭ ਕੁਝ ਸੀ, ਪਰ ਗੁੱਸਾ ਦਿਖਾਵਾਂ ਕਿਹਨੂੰ? ਭਾਗਵੰਤੀ ਜੀਂਦੀ ਹੁੰਦੀ ਤਾਂ ਹੋਰ ਗੱਲ ਸੀ, ਜਦ ਕਹਿਣਾ ਮੈਨੂੰ ਭਾਈ ਤਾਜ਼ੀ ਗਰਮ ਰੋਟੀ ਦੇਣਾ, ਠੰਡੀ ਚਬਾਈ ਨਹੀਂ ਜਾਂਦੀ, ਦੰਦ ਦੁਖਦੇ ਨੇ। ਉਹਨੇ ਰਸੋਈ 'ਚ ਉੱਚੀ ਉੱਚੀ ਬੋਲਣ ਲੱਗ ਜਾਣਾ, 20 ਕੰਮ ਨੇ ਮੈਨੂੰ, ਤਾਜ਼ੇ ਫੁਲਕੇ ਕਿੱਥੋਂ ਲਾ ਕੇ ਦੇਵਾਂ? ਇਹਦੀਆਂ ਦਵਾਈਆਂ ਨੇ ਅੱਡ ਘਰ ਪੱਟਿਆ ਹੋਇਆ, ਹਰ ਚੀਜ਼ ਮੰਜੇ 'ਤੇ ਬੈਠਾ ਹੀ ਮੰਗਦਾ, ਅਸੀਂ ਵਿਹਲੇ ਹਾਂ? ਮੈਂ ਢੀਠਾਂ ਵਾਂਗ ਸੁਣੀ ਜਾਂਦਾ, ਕਦੇ ਕੋਠੀ ਵੱਲ ਝਾਕਦਾ, ਕਦੇ ਸ਼ੋਰੂਮ ਬਾਰੇ ਸੋਚਦਾ, ਕਦੇ ਵੇਚੇ ਪਲਾਟਾਂ ਬਾਰੇ ਸੋਚਦਾ, ਆਪਣੇ ਆਪ ਨੂੰ ਪੁੱਛਦਾ, ਜੇ ਨੂੰਹ ਆਖਦੀ ਅਸੀਂ ਵਿਹਲੇ ਹਾਂ ਤਾਂ ਕੀ ਮੈਂ ਵਿਹਲਾ ਰਿਹਾ? ਸਾਰੀ ਉਮਰ ਆਪਣਾ ਕੋਈ ਚਾਅ ਨਹੀਂ ਪੂਰਾ ਕੀਤਾ, ਕਦੀ ਭਾਗਵੰਤੀ ਦਾ ਚਾਅ ਨਹੀਂ ਪੂਰਾ ਕੀਤਾ, ਸਾਰੀ ਉਮਰ ਬੱਚਿਆਂ ਲਈ ਮਰਦਾ ਖੱਪਦਾ ਰਿਹਾ। ਮੇਰਾ ਰੋਣ ਨਿਕਲ ਜਾਂਦਾ, ਡਰਦਾ ਆਵਾਜ਼ ਨਾ ਕੱਢਦਾ, ਸਿਰਫ ਹੰਝੂ ਡਿੱਗਦੇ। ਪਾਪਾ ਤੇ ਝਾਈ ਚੇਤੇ ਆਉਂਦੇ, ਕਿਹੋ ਜਿਹੇ ਭੈੜੇ ਅਤੇ ਔਖੇ ਸਮੇਂ 'ਚ ਵੀ ਮੈਂ ਪਾਪੇ ਨੂੰ ਪਿੱਠ 'ਤੇ ਲੱਦ ਕੇ ਤੁਰਿਆ। ਇੰਨਾ ਖੂਨ ਸਫੈਦ ਹੋ ਗਿਆ ਹੁਣ ਪਿਓ ਪੁੱਤਰ ਦਾ ਰਿਸ਼ਤਾ ਵੀ ਨਾ ਰਿਹਾ, ਸਭ ਗਰਜਾਂ ਦੇ ਮਾਰੇ, ਸਭ ਮਤਲਬੀ ਰਿਸ਼ਤੇ। ਮੈਂ ਦਿਲ ਛੱਡ ਬੈਠਾ, ਹੱਥ 'ਚ ਖੂੰਡੀ ਆ ਗਈ। ਨੂੰਹ ਨੂੰ ਜਦੋਂ ਚੇਤਾ ਆਉਂਦਾ ਰੋਟੀ ਮੰਜੇ 'ਤੇ ਰੱਖ ਜਾਂਦੀ। ਹੁਣ ਮੈਂ ਆਪਣੀ ਇੱਛਾ ਦੱਸਣ ਦਾ ਹੱਕ ਗੁਆ ਬੈਠਾ ਸੀ। ਸੋਚਿਆ ਬਨਾਰਸੀ ਦੱਸਾਂ, ਇਹੀ ਦੁਨੀਆਦਾਰੀ ਹੈ, ਹੁਣ ਪੁਰਾਣੇ ਸਮੇਂ ਚਲੇ ਗਏ, ਇਹ ਨਵੇਂ ਸਮਿਆਂ ਦੇ ਰਿਸ਼ਤੇ ਨੇ, ਇਹਨਾਂ 'ਚ ਜੀਣਾ ਸਿੱਖ ਲੈ। ਕੱਪੜੇ ਮੈਲੇ ਹੋ ਜਾਂਦੇ, ਸਿਉਣਾ ਉੱਧੜ ਜਾਂਦੀਆਂ, ਕਮੀਜ਼ਾਂ ਦੇ ਬਟਨ ਟੁੱਟ ਜਾਂਦੇ, ਮੈਨੂੰ ਬੜੀ ਸ਼ਰਮ ਆਉਣੀ। ਕੱਪੜੇ ਦੇ ਥੋਕ ਸ਼ੋਰੂਮ ਦਾ ਮਾਲਕ ਆਪਣੇ ਸਾਫ਼ ਸੁਥਰੇ ਕੱਪੜਿਆਂ ਲਈ ਤਰਸਣ ਲੱਗਾ। ਜੇ ਕਦੀ ਗਲਤੀ ਨਾਲ ਆਪਣੇ ਪੁਰਾਣੇ ਕੱਪੜਿਆਂ ਬਾਰੇ ਕਹਿ ਦੇਣਾ ਤਾਂ ਇੱਕ ਦਿਨ ਨੂੰਹ ਕਹਿੰਦੀ, ਕਿਹੜਾ ਬਰਾਤੇ ਚੜ੍ਹਨਾ, ਘਰ ਹੀ ਪਿਆ ਰਹਿਣਾ, ਗਾਂਧੀ ਨੇ ਇੱਕ ਲੰਗੋਟੀ 'ਚ ਸਾਰੀ ਉਮਰ ਕੱਢਤੀ ਸੀ। ਹੁਣ ਮੇਰੇ ਛੋਟੇ ਪੁੱਤਰ ਦਾ ਪੁੱਤਰ ਵੀ ਸ਼ੋਰੂਮ ਉੱਪਰ ਬੈਠਣ ਲੱਗ ਪਿਆ, ਕਾਰ 'ਤੇ ਜਾਂ ਮੋਟਰਸਾਈਕਲ 'ਤੇ ਸ਼ੋਰੂਮ ਜਾਂਦਾ। ਮੈਂ ਪਿੱਠ 'ਤੇ ਡੱਗੀ ਲੱਦ ਕੇ 4 ਪਿੰਡਾਂ 'ਚ ਫੇਰੀ ਲਾ ਆਉਂਦਾ ਸੀ। ਅੱਜ ਕੱਲ੍ਹ ਦੇ ਬੱਚੇ ਗੁਸਲਖਾਨੇ ਤੱਕ ਜਾਣ ਲਈ ਸਵਾਰੀ ਭਾਲਦੇ ਆ। ਮੈਂ ਕਲਪਦਾ ਰਹਿੰਦਾ, ਆਪਣਾ ਆਪ ਸਾੜਦਾ ਰਹਿੰਦਾ, ਪੁੱਤਰ 'ਤੇ ਨੂੰਹਾਂ, ਪੁੱਤਰ 'ਤੇ ਨੂੰਹ ਆਪਸ 'ਚ ਗੱਲਾਂ ਕਰਦੇ। ਲੱਗਦਾ ਬਾਊ ਜੀ ਦਾ ਦਿਮਾਗ ਨਹੀਂ ਠੀਕ ਰਿਹਾ, ਇਹ ਕਿਹਦੇ ਨਾਲ ਗੱਲਾਂ ਕਰਦਾ ਰਹਿੰਦਾ। ਮੈਂ ਗੱਲ ਮੁਕਾਵਾਂ, ਇੱਕ ਦਿਨ ਪੁੱਤਰ ਅਤੇ ਨੂੰਹ ਮੇਰੇ ਕੋਲ ਆਏ, ਕਹਿੰਦੇ ਬਾਊ ਜੀ ਚਲੋ ਤੁਹਾਨੂੰ ਹਰਿਦੁਆਰ ਦੇ ਦਰਸ਼ਨ ਕਰਵਾ ਲਿਆਈਏ। ਮੈਂ ਹੈਰਾਨ ਹੋਇਆ, ਅਚਾਨਕ ਇਹਨਾਂ ਨੂੰ ਕਿਵੇਂ ਸੁੱਜ ਗਿਆ? ਮੈਂ ਕਿਹਾ ਇੰਨਾ ਸਫ਼ਰ ਕਰਨ ਜੋਗਾ ਕਿੱਥੇ ਹਾਂ ਮੈਂ? ਆਪਾਂ ਕਾਰ 'ਤੇ ਜਾਣਾ ਬਾਊ ਜੀ, ਕਿਹੜਾ ਤੁਰ ਕੇ ਜਾਣਾ, ਮੁੰਡੇ ਨੇ ਕਿਹਾ ਤਾਂ ਮੈਂ ਰਾਜ਼ੀ ਹੋ ਗਿਆ। ਮੁੰਡੇ ਨੇ ਆਪਣੇ ਪੁੱਤਰ ਨੂੰ ਸ਼ੋਰੂਮ ਦੀ ਜ਼ਿੰਮੇਵਾਰੀ ਸੰਭਾਲਤੀ। ਅਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਤੁਰ ਪਏ। ਮੈਂ ਬੜਾ ਖੁਸ਼ ਸੀ, ਪਾਪੇ ਨੂੰ ਹਰਿਦੁਆਰ ਦੇ ਦਰਸ਼ਨ ਕਰਵਾਉਣ ਦੀ ਰੀਝ ਵਿੱਚ ਹੀ ਰਹਿ ਗਈ ਸੀ ਅਤੇ ਮੇਰਾ ਪੁੱਤਰ ਬੜਾ ਪੁੰਨ ਦਾ ਕੰਮ ਕਰਨ ਲੱਗਾ। ਆਪਣੇ ਜੀਵਨ 'ਚ ਪੁੰਨ ਮੈਂ ਨਹੀਂ ਸੀ ਖੱਟ ਸਕਿਆ, ਚਲੋ ਦੇਵੀ ਮਾਂ ਦੀ ਮਿਹਰ ਹੋਈ ਹੈ, ਛੋਟਾ ਪੁੱਤਰ ਮੇਰੇ 'ਤੇ ਉਪਕਾਰ ਕਰ ਰਿਹਾ। ਅਸੀਂ ਹਰਿਦੁਆਰ ਪਹੁੰਚ ਗਏ, ਗੰਗਾ ਨਦੀ ਦੇ ਘਾਟ 'ਤੇ ਪੂਜਾ ਕੀਤੀ। ਸੰਧਿਆ ਵੇਲੇ ਇੱਕ ਮੰਦਰ 'ਚ ਆਰਤੀ ਹੋ ਰਹੀ ਸੀ, ਅਸੀਂ ਉਸ 'ਚ ਸ਼ਾਮਲ ਹੋ ਗਏ। ਮੈਂ ਅੱਖਾਂ ਬੰਦ ਕਰੀ ਖੜ੍ਹਾ ਦੇਵਤਿਆਂ ਦੀ ਆਰਾਧਨਾ 'ਚ ਲੀਨ ਸੀ। ਇੱਕ ਪੁਜਾਰੀ ਦੀ ਆਵਾਜ਼ ਸੁਣੀ, ਭਗਤਾ ਪ੍ਰਸ਼ਾਦ ਲੈ। ਪ੍ਰਸ਼ਾਦ ਲੈ ਕੇ ਮੈਂ ਅਗਲ ਬਗਲ ਦੇਖਿਆ, ਮੇਰਾ ਪੁੱਤਰ ਨੂੰ ਨਹੀਂ ਦਿਸੇ, ਨਿਗਾਹ ਵੀ ਘੱਟ ਸੀ, ਵੇਲਾ ਵੀ ਸੂਰਜ ਛਿਪਣ ਤੋਂ ਪਿੱਛੋਂ ਦਾ। ਮੈਂ ਮੰਦਰ 'ਚੋਂ ਬਾਹਰ ਆ ਕੇ ਪੁੱਤਰ ਨੂੰਹ ਨੂੰ ਲੱਭਣ ਲੱਗਾ। ਮੈਨੂੰ ਫਿਕਰ ਹੋਇਆ, ਕਿੱਧਰ ਚਲੇ ਗਏ?
ਸੋਚਿਆ ਕਿਸੇ ਹੋਰ ਮੰਦਰ 'ਚ ਪੂਜਾ ਕਰਨ ਗਏ ਹੋਣਗੇ, ਆ ਜਾਣਗੇ। ਜਿੱਥੇ ਕਾਰ ਖੜ੍ਹੀ ਕੀਤੀ ਸੀ ਉੱਥੇ ਗਿਆ, ਕਾਰ ਹੈ ਨਹੀਂ ਸੀ। ਮੈਂ ਘਬਰਾ ਗਿਆ, ਗੱਲ ਮੁਕਾਵਾਂ ਮੈਨੂੰ ਛੱਡ ਕੇ ਚਲੇ ਗਏ ਸੀ। ਪੁੱਤਰ ਇੱਥੇ ਆਪਣੇ ਮੋਏ ਪਿੱਤਰਾਂ ਦਾ ਸਰਾਧ ਕਰਾਉਣ ਆਉਂਦੇ ਨੇ, ਮੇਰਾ ਪੁੱਤਰ ਆਪਣੇ ਜਿਉਂਦੇ ਪਿਤਾ ਦਾ ਸਰਾਧ ਕਰਕੇ ਚਲਾ ਗਿਆ। ਬਨਾਰਸੀ ਦਾਸ ਫਿਰ ਚੁੱਪ ਹੋ ਗਿਆ। ਮੈਂ ਦੇਖਿਆ ਪਰਸੀਨੀ ਨੇ ਫਿਰ ਬਨਾਰਸੀ ਦੇ ਮੋਢੇ 'ਤੇ ਹੱਥ ਰੱਖਿਆ ਅਤੇ ਪਹਿਲਾਂ ਵਾਂਗ ਪੋਲਾ ਪੋਲਾ ਥਾਪੜਨ ਲੱਗੇ। ਸੂਰਜ ਭਾਰੇ ਪਿੱਪਲ ਅਤੇ ਤੂਤ ਦੀਆਂ ਸਿਖਰਾਂ ਤੋਂ ਡੇਢ ਵੱਟ ਦਾ ਬਿਰਧ ਘਰ ਦੀ ਉੱਪਰਲੀ ਮੰਜ਼ਿਲ ਤੋਂ ਹੇਠਾਂ ਲੈ ਗਿਆ ਸੀ। ਜਿੱਥੇ ਅਸੀਂ ਬੈਠੇ ਹੋਏ ਸਾਂ, ਅਜੇ ਬਹੁਤ ਹਨੇਰਾ ਨਹੀਂ ਸੀ ਹੋਇਆ। ਅਸੀਂ ਬੜੀ ਆਸਾਨੀ ਨਾਲ ਇੱਕ ਦੂਜੇ ਨੂੰ ਵੇਖ ਸਕਦੇ ਸੀ। ਬਨਾਰਸੀ ਫਿਰ ਬੋਲਿਆ, ਠੰਡ ਵਧੇਰੇ ਤਾਂ ਨਹੀਂ ਸੀ, ਕੱਤਕ ਮਹੀਨੇ ਦੇ ਦਿਨ ਸਨ, ਪਰ ਗੰਗਾ ਕਿਨਾਰਾ ਹੋਣ ਕਾਰਨ ਦੂਜੇ ਥਾਵਾਂ ਨਾਲੋਂ ਹਵਾ ਵਿੱਚ ਠੰਡ ਸੀ। ਮੇਰੇ ਕੋਲ ਵਾਧੂ ਕੱਪੜਾ ਕੋਈ ਨਹੀਂ ਸੀ। ਸਰੀਰ ਕਮਜ਼ੋਰ ਹੋਣ ਕਾਰਨ ਮੈਨੂੰ ਠੰਡ ਮਹਿਸੂਸ ਹੋਣ ਲੱਗੀ। ਰਾਤ ਭਰ ਮੈਂ ਇੱਕ ਮੰਦਰ ਦੇ ਵਿਹੜੇ 'ਚ ਕੰਧ ਦੀ ਓਟ ਲੈ ਕੇ ਹਵਾ ਤੋਂ ਬਚਾਅ ਕਰਦਾ ਪਿਆ ਰਿਹਾ। ਅਜੇ ਵੀ ਸੋਚਦਾ ਸੀ ਪੁੱਤਰ ਤੈਨੂੰ ਆਸੇ ਪਾਸੇ ਹੋਣਗੇ, ਸਵੇਰੇ ਮੈਨੂੰ ਲੱਭ ਲੈਣਗੇ। ਅਗਲਾ ਦਿਨ ਵੀ ਸਾਰਾ ਲੰਘ ਗਿਆ, ਮਨ ਬਹੁਤ ਦੁਖੀ ਹੋਇਆ। ਸੋਚਿਆ ਇੱਥੇ ਗੰਗਾ 'ਚ ਡੁੱਬ ਮਰਾਂ, ਫਿਰ ਖਿਆਲ ਆਇਆ ਮਰਨ ਬਾਰੇ ਤਾਂ ਮੈਂ ਉਦੋਂ ਨਹੀਂ ਸੋਚਿਆ ਜਦ ਚਾਰ ਚੁਫੇਰੇ ਲਾਸ਼ਾਂ ਦੇ ਢੇਰ ਪਏ ਸੀ। ਉਹ ਰਾਤ ਵੀ ਬੀਤ ਗਈ। ਅਗਲੇ ਦਿਨ ਇੱਕ ਭਲਾ ਪੁਰਸ਼ ਮਿਲਿਆ, ਗੱਲਾਂ ਗੱਲਾਂ 'ਚ ਉਹਨੂੰ ਸਾਰੀ ਵਿਥਿਆ ਸੁਣਾ ਦਿੱਤੀ। ਵਿਥਿਆ ਸੁਣ ਕੇ ਕੁਛ ਦੇਰ ਚੁੱਪ ਬੈਠਾ ਰਿਹਾ, ਫਿਰ ਪੁੱਛਿਆ ਵਾਪਸ ਜਾਣਾ ਚਾਹੁੰਦਾ? ਮੈਂ ਦੁਖਦਾ 'ਚ ਫਸ ਗਿਆ, ਕੀ ਕਹਾਂ, ਵਾਪਸ ਜਾਵਾਂਗਾ ਵੀ ਤਾਂ ਕਿਹਨਾਂ ਕੋਲ, ਜਿਹੜੇ ਕਿਸੇ ਇੱਟ ਪੱਥਰ ਵਾਂਗ ਮੈਨੂੰ ਇੱਥੇ ਸੁੱਟ ਗਏ, ਕੀ ਸਲੂਕ ਕਰਨਗੇ ਮੇਰੇ ਨਾਲ, ਕੀ ਸੋਚਣਾ ਪਿਆ? ਉਸ ਭਲੇ ਪੁਰਸ਼ ਨੇ ਪੁੱਛਿਆ। ਵਾਪਸ ਜਾਵਾਂਗਾ ਕਿਵੇਂ, ਮੇਰੇ ਕੋਲ ਕੋਈ ਪੈਸਾ ਨਹੀਂ। ਮੈਨੂੰ ਕੋਈ ਹੋਰ ਗੱਲ ਨਾ ਸੁਝੀ, ਪੈਸਿਆਂ ਦਾ ਸੰਸਾ ਨਾ ਕਰ, ਮੈਂ ਨਾਲ ਲੈ ਜਾਵਾਂਗਾ ਜੇ ਜਾਣਾ ਚਾਹੁੰਦਾ, ਉਹਨੇ ਆਪਣਾ ਹੱਥ ਨਾਲ ਕਿਹਾ। ਮੈਂ ਥੋੜ੍ਹਾ ਸੋਚ ਕੇ ਕਿਹਾ, ਜਾਣਾ ਤਾਂ ਚਾਹੁੰਦਾ, ਇੱਥੇ ਕਰਾਂਗਾ ਕੀ, ਪਰ ਉਸ ਘਰ ਵਾਪਸ ਨਹੀਂ ਜਾਣਾ, ਅਤੇ ਭਰਾ ਉਹ ਭਲਾ ਪੁਰਸ਼ ਮੈਨੂੰ ਇੱਥੇ ਛੱਡ ਗਿਆ। ਤੁਸੀਂ ਸਾਰੇ ਜਾਣਦੇ ਹੋ ਉਦੋਂ ਮੇਰੀ ਹਾਲਤ ਕੀ ਸੀ, ਹੁਣ ਤਾਂ ਮੈਂ ਚੰਗਾ ਭਲਾ ਹਾਂ। ਆਪਣੀ ਕਾਇਆ ਆਪ ਸੋਧ ਲੈਣਾ, ਆਪ ਨਹਾ ਲੈਣਾ, ਕੱਪੜੇ ਵੇਖ ਲਓ ਮੇਰੇ, ਆਪੇ ਧੋ ਲੈਣਾ, ਹੁਣ ਸ਼ੂਗਰ ਵੀ ਠੀਕ ਹੈ, BP ਕਦੇ ਨਹੀਂ ਵਧਿਆ। ਜੇ ਗੰਗਾ ਕਿਨਾਰੇ ਰਹਿ ਪੈਂਦਾ ਜਾਂ ਘਰ ਚਲਾ ਜਾਂਦਾ, ਪਤਾ ਨਹੀਂ ਕਿਹੋ ਜਿਹੀ ਕੁੱਤੀ ਖਾਣੀ ਹੁੰਦੀ ਮੇਰੇ ਨਾਲ। ਫਿਰ ਕਿੱਥੇ ਮੇਲ ਹੋਣਾ ਸੀ ਸੂਬੇਦਾਰ ਕੇਰ ਸਿੰਘ ਨਾਲ, ਭਜਨ ਸਿੰਘ ਜਾਂ ਪ੍ਰੀਤਮ ਭਾਈ ਨਾਲ, ਪ੍ਰਸਿੰਨੀ ਭੈਣ ਨਾਲ? ਮੈਂ ਗੱਲ ਮੁਕਾਵਾਂ, ਮਨ 'ਚ ਆਉਂਦਾ ਰਹਿੰਦਾ ਜੇ ਭਾਗਵਤੀ ਜਿਉਂਦੀ ਹੁੰਦੀ, ਦੋਵੇਂ ਇੱਥੇ ਰਹਿੰਦੇ, ਕਿੰਨੀ ਸ਼ਾਂਤੀ ਮਿਲਣੀ ਸੀ। ਹੁਣ ਉਹਦੀ ਆਤਮਾ ਨੂੰ ਕਿੱਥੇ ਸ਼ਾਂਤੀ ਮਿਲੀ ਹੋਏਗੀ, ਜਿਹੜਾ ਕੁਛ ਉਹ ਭੋਗ ਕੇ ਗਈ ਹੈ। ਬਨਾਰਸੀ ਦਾਸ ਚੁੱਪ ਕਰ ਗਿਆ ਅਤੇ ਦੋਵਾਂ ਹੱਥਾਂ ਨਾਲ ਗੰਜਾ ਸਿਰ ਭਲੋਸਣ ਲੱਗਾ। ਧੰਨਵਾਦ, ਚੱਲਦਾ।